ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰੀਏ ਡਿਪਰੈਸ਼ਨ ਦੀ ਬਿਮਾਰੀ ਤੇ ਵੀ ਡਿਪਰੈਸ਼ਨ ਹੁੰਦਾ ਕਿਉਂ ਹੈ ਤੇ ਇਹਦੇ ਕੀ ਕਾਰਨ ਨੇ ਤੇ ਇਹਨੂੰ ਕਿਵੇਂ ਇਹਦੇ ਵਿੱਚੋਂ ਆਪਾਂ ਨਿਕਲ ਸਕਦੇ ਆ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦੀ ਆਂ ਵੀ ਇਹਦੇ ਕਾਰਨ ਕੀ ਆ ਤੇ ਕਿਉਂ ਹੁੰਦਾ ਹੈਗਾ ਇਹ ਇਹ ਹੋ ਜਾਂਦਾ ਜੀ ਡਿਪਰੈਸ਼ਨ ਜਦੋਂ ਆਪਾਂ ਕੋਈ ਟੈਨਸ਼ਨ ਜ਼ਿਆਦਾ ਲੈਣ ਲੱਗ ਜੰਨੇ ਦਿਮਾਗ ਤੇ ਜ਼ਿਆਦਾ ਆਪਾਂ ਸੋਚਣ ਲੱਗ ਜੰਨੇ ਆ ਜਿਆਦਾ ਆਪਾਂ ਉਹਨੂੰ ਹਰੇਕ ਗੱਲ ਨੂੰ ਆਪਾਂ ਉਹਦੇ ਵਿੱਚ ਡੀਪਲੀ ਚਲੇ ਜਾਂਦੇ ਹੈਗੇ ਆ ਜਿਆਦਾ ਉਹਦੇ ਅੰਦਰ ਨੂੰ ਵੜ ਜਾਂਦੇ ਆ ਗੱਲ ਦੇ ਉਦੋਂ ਆਪਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈਗਾ ਜਿਹੜਾ ਕਿ ਇਹ ਇੱਕ ਬਿਮਾਰੀ ਨਹੀਂ ਜੀ ਇਹ ਕਈ ਬਿਮਾਰੀਆਂ ਨੂੰ ਸੱਦਾ ਮਤਲਬ ਦੇ ਆਉਂਦਾ ਹੈਗਾ ਵੀ ਤੂੰ ਵੀ ਆ ਜਾ ਨਾਲ ਮੈਂ ਤਾਂ ਆ ਗਿਆ ਤੇ ਹੁਣ ਤੂੰ ਪਿੱਛੇ ਤੂੰ ਵੀ ਨਾ ਰਹਿ ਅੱਜ ਇਹ ਜਿਹੜੇ ਡਿਪਰੈਸ਼ਨ ਤੇ ਆ ਨਾ ਇਹ ਬਿਮਾਰੀ ਚੋਂ ਨਿਕਲਣ ਵਾਸਤੇ ਅੱਜ ਆਪਾਂ ਤੁਹਾਨੂੰ ਉਹਦਾ ਮੂਲ ਮੰਤਰ ਦੱਸਾਂਗੇ ਵੀ ਇਹਦੇ ਵਿੱਚੋਂ ਤੁਸੀਂ ਕਿਵੇਂ ਨਿਕਲ ਸਕਦੇ ਹੋ ਬਹੁਤ ਔਖਾ ਹੁੰਦਾ ਵੈਸੇ ਬਿਮਾਰੀ ਮਾੜੀ ਹੁੰਦੀ ਹੈ ਅਗਰ ਕਿਸੇ ਨੂੰ ਲੱਗ ਜੇ ਤਾਂ ਪਰ ਜੇ ਲੱਗ ਵੀ ਜਾਵੇ ਤਾਂ ਇਹਦੀ ਦਵਾਈ ਹੈ ਨਹੀਂ ਜੀ ਕੋਈ ਕੋਈ ਦਵਾਈ ਨਹੀਂ ਹੈਗੀ ਇਹਦੀ ਇਹਦੇ ਵਿੱਚੋਂ ਆਪਾਂ ਨੂੰ ਆਪਦੀ ਆਪ ਹੀ ਨਿਕਲਣਾ ਪਊਗਾ ਮੇਰੇ ਕੋਲ ਇੱਕ ਵਾਰ ਕੋਈ ਆਇਆ ਵੀ ਸੀਗਾ ਤੇ ਮੈਨੂੰ ਉਹਨਾਂ ਨੇ ਪੁੱਛਿਆ ਵੀ ਸੀ ਵੀ ਮੈਡਮ ਜੀ ਦਵਾਈ ਹੈਗੀ ਕੋਈ ਡਿਪਰੈਸ਼ਨ ਚੋਂ ਨਿਕਲਦੀ ਮੈਂ ਉਹਨੂੰ ਕਿਹਾ ਮਖਾ ਵੀਰੇ ਤੁਸੀਂ ਡਿਪਰੈਸ਼ਨ ਚ ਗਏ ਕਿਵੇਂ ਸੀ ਕਹਿੰਦਾ ਜੀ ਬਸ ਟੈਨਸ਼ਨ ਨਾਲ ਟੈਂਸ਼ਨਾਂ ਨਾਲ ਅੰਦਰ ਚਲੇ ਗਏ ਮੈਂ ਕਿਹਾ ਵੀ ਨਿਕਲਣਾ ਵੀ ਤੁਹਾਨੂੰ ਆਪਦੀ ਆਪ ਹੀ ਪਊਗਾ ਇਹਦੇ ਵਿੱਚੋਂ ਟੈਂਸ਼ਨ ਨੂੰ ਤੁਸੀਂ ਦੂਰ ਕਰੋ ਜਦੋਂ ਆਪਾਂ ਨੂੰ ਪਤਾ ਹੈ ਵੀ ਦਿਨ ਜਿਹੜੇ ਉਹ ਦਿਨ ਸੀਗੇ ਉਹ ਨਹੀਂ ਰਹੇ ਉਹ ਨਿਕਲ ਗਿਆ ਆਪਣੇ ਤੇ ਫਿਰ ਗਾਂਹ ਵਾਲੇ ਦਿਨ ਵੀ ਤਾਂ ਇਹ ਦਿਨ ਵੀ ਤਾਂ ਐਦਾਂ ਹੀ ਨਿਕਲ ਜਾਣੇ ਨੇ ਇਹ ਵੀ ਐਵੇਂ ਨਿਕਲ ਲਗੇ ਜਿਵੇਂ ਪਹਿਲਾਂ ਵਾਲੇ ਨਿਕਲੇ ਨੇ ਆਪਣੇ ਦਿਨ ਫਿਰ ਉਹਦਾ ਸੋਚਣਾ ਕੀ ਹੈ ਸੋਚ-ਸੋਚ ਕੇ ਬੰਦਾ ਦਿਮਾਗ ਖਰਾਬ ਕਰ ਲੈਂਦਾ ਜੀ ਆਪਦਾ ਇਨਾ ਕ ਦਿਮਾਗ ਖਰਾਬ ਕਰ ਲੰਦਾ ਸੋਚ-ਸੋਚ ਕੇ ਉਹ ਫਿਰ ਉਹ ਡਿਪਰੈਸ਼ਨ ਦੀਆਂ ਨਿਸ਼ਾਨੀਆਂ ਹੁੰਦੀਆਂ ਜੀ ਵੀ ਉਹ ਕਿਸੇ ਦੇ ਮੱਥੇ ਨਹੀਂ ਲੱਗ ਸਕਦਾ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਜੇ ਕੋਈ ਬਾਹਰ ਵੀ ਗੱਲ ਕਰੀ ਜਾਂਦਾ ਤਾਂ ਉਹਦੇ ਮਨ ਚ ਆਈ ਨਹੀਂ ਰਹਿੰਦਾ ਵੀ ਇਹ ਮੇਰੀ ਗੱਲ ਕਰੀ ਜਾਂਦਾ ਇਹ ਮੇਰੀ ਹਿਸਟਰੀ ਚ ਲੀ ਜਾਂਦੀ ਆ ਉੱਥੇ ਕਿਉਂਕਿ ਉਹਦਾ ਮਾਈਂਡ ਹੀ ਉਸ ਤਰ੍ਹਾਂ ਹੋ ਜਾਂਦਾ ਬੰਦੇ ਦਾ ਦਿਮਾਗ ਘੱਟ ਨਹੀਂ ਚੱਲਦਾ ਹੁੰਦਾ ਜੀ ਡਿਪਰੈਸ਼ਨ ਦੇ ਵਿੱਚ ਬੰਦੇ ਦਾ ਦਿਮਾਗ ਜਾਦੇ ਚੱਲਣ ਲੱਗ ਜਾਂਦਾ ਘੁਕਣ ਲੱਗ ਜਾਂਦਾ ਜ਼ਿਆਦੇ ਉਹਨੂੰ ਡਿਪਰੈਸ਼ਨ ਕਹਿੰਦੇ ਨੇ ਉਹਨੂੰ ਕੁਝ ਚੰਗਾ ਨਹੀਂ ਲੱਗਦਾ ਜੇ ਉਹ ਮਤਲਬ ਜਿਹੜੇ ਉਹਨੂੰ ਜਿਹੜੀ ਉਹਦੇ ਦਿਮਾਗ ਨੂੰ ਅੱਛੀ ਲੱਗਦੀ ਹੈ ਨਾ ਚੀਜ਼ ਜਿਹੜੀ ਉਹਦੇ ਦਿਮਾਗ ਨੂੰ ਚੰਗੀ ਉਹਨੂੰ ਉਹੀ ਚੰਗੀ ਲੱਗਦੀ ਹੈ ਦੂਜਾ ਉਹਨੂੰ ਕੁਝ ਨਹੀਂ ਚੰਗਾ ਲੱਗਦਾ ਮੱਥੇ ਲੱਗਣੋਂ ਹਟ ਜਾਂਦਾ ਹੈ ਉਹਨੂੰ ਮਤਲਬ ਕਿ ਬਾਹਰ ਲੀਆਂ ਚੀਜ਼ਾਂ ਉਹਨਾਂ ਨੂੰ ਡਰ ਲੱਗਣ ਲੱਗ ਜਾਂਦਾ ਉਹਨਾਂ ਚੀਜ਼ਾਂ ਤੋਂ ਉਦੋਂ ਸਮਝ ਲਓ ਵੀ ਜਦੋਂ ਬੰਦਾ ਬਾਹਰ ਲੀਆਂ ਚੀਜ਼ਾਂ ਤੋਂ ਡਰਦਾ ਬਾਹਰ ਨਿਕਲਣ ਤੋਂ ਡਰਦਾ ਉਹ ਮੱਥੇ ਲਾਉਣ ਤੋਂ ਡਰਦਾ ਉਹ ਗੱਲ ਕਰਨ ਤੋਂ ਡਰਦਾ ਤਾਂ ਇਹ ਡਿਪਰੈਸ਼ਨ ਦੇ ਵਿੱਚ ਹੈ ਡਿਪਰੈਸ਼ਨ ਵਾਲੇ ਬੰਦੇ ਨੂੰ ਪਿਆਰ ਦੀ ਵੱਧ ਜ਼ਰੂਰਤ ਹੁੰਦੀ ਹੈ ਲੜਾਈ ਦੀ ਨਹੀਂ ਜੇ ਉਹ ਕੋਈ ਆਪਣੇ ਫੈਮਿਲੀ ਦਾ ਮਤਲਬ ਕਿ ਮੈਂਬਰ ਕੋਈ ਇਹੋ ਜਿਹਾ ਡਿਪਰੈਸ਼ਨ 'ਚ ਚਲਿਆ ਗਿਆ ਤਾਂ ਉਹਨੂੰ ਪਿਆਰ ਨਾਲ ਵੱਧ ਰੱਖੋ ਤੁਸੀਂ ਉਹਨੂੰ ਪਿਆਰ ਵੱਧ ਤੋਂ ਵੱਧ ਦਿਓ ਜਿਆਦਾ ਪਿਆਰ ਦਿਓ ਤੁਸੀਂ ਉਹਨੂੰ ਤਾਂ ਕਿ ਉਹ ਤੁਹਾਡੇ ਪਿਆਰ 'ਚ ਰੁੱਝ ਕੇ ਤੇ ਉਹ ਆਪਦੀਆਂ ਦਿਮਾਗ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਪਾਸੇ ਕਰ ਦੇਵੇ ਉਹ ਇੱਕ ਤਾਂ ਬੰਦਾ ਡਿਪਰੈਸ਼ਨ 'ਚ ਚਲਿਆ ਜਾਂਦਾ ਜੀ ਕਈ ਪਰਿਵਾਰਾਂ ਦੀ ਆਤ ਹੁੰਦੀ ਆ ਉਹਨੂੰ ਲੜੀ ਜਾਣਗੇ ਉਹ ਝਗੜੀ ਜਾਣਗੇ ਇਹ ਕੰਮ ਨਹੀਂ ਆਪਾਂ ਕਰਨਾ ਹੈਗਾ ਤੇ ਜਿਹੜਾ ਡਿਪਰੈਸ਼ਨ ਚ ਗਿਆ ਮੈਂ ਉਹਨੂੰ ਇਹੀ ਕਹਿਣੀ ਆ ਵੀ ਵੀਰੇ ਤੁਸੀਂ ਡਿਪਰੈਸ਼ਨ ਚ ਜਾ ਕੇ ਆਪਾਂ ਨੂੰ ਮਿਲਦਾ ਕੁਛ ਨਹੀਂ ਤੁਸੀਂ ਮਤਲਬ ਸ਼ੁਕਰ ਕਰਿਆ ਕਰੋ ਵੀ ਆਪਣੇ ਅੱਜ ਹੱਥ ਪੈਰ ਚੱਲੀ ਜਾਂਦੇ ਆ ਕਈਆਂ ਦੇ ਇਹ ਵੀ ਨਹੀਂ ਚੱਲਦੇ ਆਪਾਂ ਨੂੰ ਅੱਜ ਅੱਖਾਂ ਤੋਂ ਦਿਸੀ ਜਾਂਦਾ ਆ ਆਪਾਂ ਸਵੇਰੇ ਉੱਠ ਕੇ ਬਾਹਰ ਦੇ ਨਜ਼ਾਰੇ ਦੇਖਦੇ ਆ ਕਈਆਂ ਨੂੰ ਇਹ ਕਈਆਂ ਦੀ ਅੱਜ ਦੇ ਦਿਨ ਇਹ ਵੀ ਗਈਆਂ ਉਹ ਅੱਖਾਂ ਕੰਨੀਆਂ ਬਹਿ ਗਿਆ ਕੋਈ ਕਿਸੇ ਦੀ ਲੱਤਾਂ ਬਾਹ ਟੁੱਟ ਜਾਂਦੀ ਹੈ ਜੀ ਉਹ ਉੱਠਣ ਕੰਨੀਆਂ ਬਹਿ ਜਾਂਦਾ ਹੈ ਕੋਈ ਦੁਨੀਆ ਛੱਡ ਜਾਂਦਾ ਹੈ ਤਾ ਮਤਲਬ ਉਹਨੂੰ ਕੁਛ ਦਿਖਦਾ ਹੀ ਨਹੀਂ ਮੁੜ ਕੇ ਤੁਸੀਂ ਬੈਠੇ ਤਾਂ ਹਾਂ ਤੁਸੀਂ ਆਪਦੇ ਘਰੇ ਤਾਂ ਬੈਠੇ ਹੋ ਤੁਸੀਂ ਇਹ ਤਾਂ ਦੇਖੋ ਵੀ ਅਸੀਂ ਆਪਣੀ ਜ਼ਿੰਦਗੀ ਤਾਂ ਜੋ ਹੀ ਜਾਣਦੇ ਆ ਕਈ ਐਨੇ ਕੁ ਦੁਖੀ ਆ ਉਹ ਕਹਿੰਦੇ ਵੀ ਸਾਨੂੰ ਜ਼ਿੰਦਗੀ ਦੀ ਲੋੜ ਹੀ ਨਹੀਂ ਰੱਬ ਸਾਨੂੰ ਲੈ ਜੇ ਕਿਉਂਕਿ ਰੱਬ ਰੋਗ ਹੀ ਕਈ ਵਾਰੀ ਇਹ ਬੰਦੇ ਨੂੰ ਇਹੋ ਜੇ ਲਾ ਦਿੰਦਾ ਤੇ ਇਹ ਜਿਹਾ ਸੱਟਾ ਮਾਰ ਦਿੰਦਾ ਵੀ ਜਿਹੜਾ ਬੰਦਾ ਨਾ ਜਉਂਦਿਆਂ ਚਾ ਤੇ ਨਾ ਮਰਿਆਂ ਚਾ ਉਹਨਾਂ ਲੋਕਾਂ ਕੰਨੀ ਦੇਖਿਆ ਕਰੋ ਤੁਸੀਂ ਕੀ ਕਰਨਾ ਹੈਗਾ ਵੀ ਇੱਕ ਤਾਂ ਨਾ ਟੈਨਸ਼ਨ ਲੈਣੀ ਛੱਡੋ ਇੱਕ ਦੂਜੇ ਦੀ ਗੱਲ ਨਾ ਬਾੜੀ ਸੋਚੋ ਵੀ ਉਹਨੇ ਕੀ ਕਰ ਲਿਆ ਉਹਨੇ ਕੀ ਕਰ ਲਿਆ ਤੁਸੀਂ ਕਾਮਯਾਬੀ ਦੀ ਆਪਦੀ ਰਾਹ ਪੜੋ ਤੁਸੀਂ ਆਪ ਦੇ ਆਪ ਨੂੰ ਬਿਜ਼ੀ ਰੱਖੋ ਇੰਨਾ ਕ ਬਿਜ਼ੀ ਰੱਖੋ ਇੰਨਾ ਕ ਬਿਜ਼ੀ ਰੱਖੋ ਆਪ ਦੇ ਆਪ ਨੂੰ ਤੁਸੀਂ ਵੀ ਉਹ ਕੋਈ ਹਵਾ ਭਰਦਾ ਵੀ ਬਿਰਲ ਨਾ ਹੋਵੇ ਵੀ ਜਿਹੜਾ ਤੁਸੀਂ ਵਿਹਲੇ ਰਹੇਗੇ ਤੇ ਤੁਹਾਡੇ ਦਿਮਾਗ ਦੇ ਵਿੱਚ ਉਹ ਗਲਤ ਗੱਲ ਹੈ ਜਿਹੜੀ ਦਿਮਾਗ ਦੇ ਵਿੱਚ ਜਚੀ ਪਈ ਹੈ ਉਹ ਜੱਚ ਜੇ ਦੁਬਾਰੇ ਤੁਹਾਨੂੰ ਤੁਹਾਨੂੰ ਉਹ ਦਾਬ ਪਾਲੇ ਘੇਰਾ ਪਾਲੇ ਹੈਵੀ ਹੋ ਜੇ ਤੁਹਾਡੇ ਉੱਤੇ ਤੁਸੀਂ ਆਪ ਦੇ ਆਪ ਨੂੰ ਸਟਰੋਂਗ ਬਣਾਓ ਇੰਨਾ ਕੁ ਸਟਰੋਂਗ ਬਣਾਓ ਵੀ ਤੁਹਾਨੂੰ ਕੋਈ ਹਵਾ ਦੇ ਧੱਕੇ ਲੱਗੀ ਜਾਣ ਕੁਝ ਲੱਗੀ ਜਾਓ ਤੁਸੀਂ ਡਿੱਗਣਾ ਨਹੀਂ ਹੈਗਾ ਜਦੋਂ ਬੰਦਾ ਡਿੱਗਣ ਲੱਗ ਜਾਂਦਾ ਨਾ ਫਿਰ ਉਹਨੂੰ ਸਾਰੇ ਸਿੱਟਣ ਵਾਲੇ ਹੋ ਜਾਂਦੇ ਨੇ ਵੀ ਇਹ ਤਾਂ ਹੁਣ ਡਰਦਾ ਰੋਂਦਾ ਜਦੋਂ ਬੰਦਾ ਰੋਣ ਲੱਗ ਜਾਂਦਾ ਉਦੋਂ ਫਿਰ ਉਹਨੂੰ ਸਾਰੇ ਰਵਾਉਣ ਵਾਲੇ ਮਿਲ ਜਾਂਦੇ ਨੇ ਫਿਰ ਉਹਨੂੰ ਉਹ ਮਤਲਬ ਕਿ ਉਹੋ ਜੇ ਮਿਲਦੇ ਨੇ ਫਿਰ ਗਾਹਾਂ ਆਪਾਂ ਨੂੰ ਜਿਹੜੇ ਉਸੇ ਜ਼ਖਮ ਤੇ ਨੂਨ ਲਿਆ ਕੇ ਸੱਟ ਦਿੰਦੇ ਜਿਹੜਾ ਆਪਣਾ ਵਾਲਾ ਦੁੱਖਦਾ ਹੁੰਦਾ ਤਾਂ ਕਰਕੇ ਵੀ ਇਹਦੇ ਵਿੱਚੋਂ ਨਿਕਲਣਾ ਤਾਂ ਤੁਹਾਡੇ ਆਪ ਦੇ ਵੱਸ ਦੀ ਗੱਲ ਐ ਤੁਸੀਂ ਆਪ ਨਿਕਲ ਸਕਦੇ ਹੋ ਡਿਪਰੈਸ਼ਨ ਦੀਆਂ ਜ਼ਿਆਦਾ ਦਵਾਈਆਂ ਨਾ ਲਓ ਤੁਸੀਂ ਜ਼ਿਆਦਾ ਤੁਸੀਂ ਜਦੋਂ ਤੁਸੀਂ ਮਤਲਬ ਆਪ ਦੇ ਕੰਮ 'ਚ ਰੁੱਝ ਜੂਗੇ ਨਾ ਤੁਸੀਂ ਤੋਰੇ ਫੇਰੇ ਦੇ ਵਿੱਚ ਕੰਮ ਦੇ ਵਿੱਚ ਤਾਂ ਨੀਂਦ ਤੁਹਾਨੂੰ ਆਟੋਮੈਟਿਕਲੀ ਆ ਜਾਣੀ ਐ ਤੁਸੀਂ ਸੋਚ ਕੇ ਦੁੱਖੋ ਵੀ ਜੇ ਦੁੱਖ ਦੇਖਿਆ ਦੁੱਖ ਜਿਵੇਂਰੇ ਤੇ ਤਾਂ ਕਿਸੇ ਦਿਨ ਸੁੱਖ ਵੀ ਸੀਗਾ ਉਦੋਂ ਫਿਰ ਮੈਂ ਕੀ ਪਾੜੋ ਪੱਥਰ ਲਾ ਲਿਆ ਵੀ ਜਿਹੜਾ ਅੱਜ ਦੁੱਖ ਦੇ ਵਿੱਚ ਨਹੀਂ ਲਿਆ ਮੇਰੇ ਕੋਲ ਇਹ ਤੁਸੀਂ ਆਪਦਾ ਮਤਲਬ ਪਿਆਰ ਮੁਹੱਬਤ ਜ਼ਿੰਦਗੀ ਆਪਦੀ ਵਧੀਆ ਕੱਢੋ ਕਦੇ SBI ਬੈਂਕ ਨੇ ਕਿਹਾ ਵੀ ਇਹ ਬੰਦੇ ਦੇ ਕੋਲੇ ਕੀ ਸਮਾਨ ਆ ਤੇ ਇਹ ਬੰਦੇ ਦੀ ਪਹੁੰਚ ਕਿੱਥੋਂ ਤੱਕ ਹੈ ਇਹ ਕੀ ਕੁਛ ਸੀਗਾ ਕਦੇ ਬੈਂਕਾਂ ਨੇ ਦੱਸਿਆ ਬੈਂਕਾਂ ਨਹੀਂ ਦੱਸਦੀਆਂ ਹੁੰਦੀਆਂ ਜੀ ਬੰਦੇ ਦੇ ਜਦੋਂ ਜਾਂਦਾ ਨਾ ਇਥੋਂ ਦੁਨੀਆ ਤੋਂ ਤੁਰ ਜਾਂਦਾ ਤੇ ਜਿਹੜੇ ਉਹਦੇ ਮਗਰ ਕੱਠ ਹੁੰਦਾ ਉਹ ਦੱਸਦਾ ਹੁੰਦਾ ਵੀ ਇਹ ਬੰਦਾ ਕੀ ਸੀਗਾ ਉਹ ਜਿਹੜੀ ਵਾਰਤਾ ਲਾਪ ਚੱਲਦੀ ਹੈ ਨਾ ਮਗਰੋਂ ਦੇ ਉਹ ਦੱਸਦੀ ਹੁੰਦੀ ਹੈ ਵੀ ਇਹ ਬੰਦਾ ਕੀ ਸੀਗਾ ਬੈਂਕਾਂ ਨਹੀਂ ਦੱਸਦੀਆਂ ਹੁੰਦੀਆਂ ਟੈਨਸ਼ਨ ਨਹੀਂ ਲੈਣੀ ਚਾਹੀਦੀ ਬਾਹਲੀ ਕਹੀ ਤਾਂ ਮਤਲਬ ਆਈ ਚੋਰੀ ਜਾਂਦੇ ਵੀ ਮੇਰੇ ਬੈਂਕ ਚ ਖਾਤਾ ਖੁੱਲਿਆ ਤੇ ਉਹਦੇ ਵਿੱਚ ਪੈਸੇ ਹੈ ਨਹੀਂਗੇ ਇਹ ਨਾ ਸੋਚੋ ਤੁਸੀਂ ਪੈਸਾ ਪੂਸਾ ਕੁਝ ਨਹੀਂ ਬਸ ਦਾਲ ਰੋਟੀ ਮਿਲਣੀ ਚਾਹੀਦੀ ਐ ਮੇਰਾ ਦਾਦਾ ਜੀ ਕਹਿੰਦੇ ਹੁੰਦੇ ਸੀ ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸੀ ਬੇਟਾ ਜੇ ਕਣਕ ਦੀ ਬੋਰੀ ਐ ਨਾ ਘਰੇ ਤੇ ਚਾਰ ਦਾ ਪੀਪਾ ਘਰੇ ਆ ਤਾਂ ਬੰਦਾ ਧਨਵਾਨ ਆ ਉਹ ਉਹ ਉਹਨੂੰ ਗਰੀਬ ਨਹੀਂ ਗਿਣਿਆ ਜਾਂਦਾ ਕਿਉਂਕਿ ਆਟਾ ਕਣਕ ਕਪਈਆ ਘਰੇ ਆਟਾ ਭਿਆ ਲਾਂਗੇ ਆਪਾਂ ਰੋਟੀ ਤਾਂ ਖਾ ਕੇ ਹੀ ਪਾਵਾਂਗੇ ਤੇ ਜੇ ਆਪਾਂ ਟੈਨਸ਼ਨ ਲਈ ਜਾਈਆਂ ਤਾਂ ਆਪਣੀਆਂ ਫਿਰ ਟੈਨਸ਼ਨਾਂ ਮੁੱਕਦੀ ਨਹੀਂ ਨਹੀਂ ਆਇਆਂ ਤਾਂ ਫਿਰ ਆਪਾਂ ਜਹਾਜ਼ ਨੂੰ ਮੱਥ ਮਾਰਦੇ ਵੀ ਆ ਜਹਾਜ਼ ਵੀ ਸਾਡੇ ਕੋਲੇ ਹੁੰਦਾ ਤੇ ਹੁਣ ਉਹ ਫਲਾਣੀ ਚੀਜ਼ ਵੀ ਹੁੰਦੀ ਤੇ ਉਹ ਢੁੱਕੀ ਚੀਜ਼ ਵੀ ਹੁੰਦੀ ਫੇਰ ਕੀ ਹੈ ਜਾਣਾ ਤਾਂ ਬੈਠ ਕੇ ਹੀ ਹੈ ਮੇਰੇ ਕੋਲੇ ਬਹੁਤ ਕਾਲ ਆਉਂਦੇ ਮੇਰੇ ਵੀਰਾਂ ਦੇ ਮੇਰੀਆਂ ਭੈਣਾਂ ਦੇ ਅਸੀਂ ਜੀ ਡਿਪਰੈਸ਼ਨ ਚ ਚਲੇ ਗਏ ਸਾਨੂੰ ਉਹ ਖੁਸ਼ੀ ਨਹੀਂ ਮਿਲੀ ਸਾਨੂੰ ਉਹ ਖੁਸ਼ੀ ਨਹੀਂ ਮਿਲੀ ਜਿੰਨੀ ਕੁ ਤੁਹਾਨੂੰ ਮਿਲੀ ਆ ਓਨਿਕੇ ਚ ਤੁਸੀਂ ਰਹਿਣਾ ਸਿੱਖੋ ਤੇ ਇੱਕ ਕੰਮ ਕਰਨਾ ਤੁਸੀਂ ਜਿਹੜਾ ਮੈਂ ਤੁਹਾਨੂੰ ਮੂਲ ਮੰਤਰ ਦੱਸਣ ਲੱਗੀ ਆ 10 ਦਿਨ ਕਰਨਾ ਤੁਸੀਂ ਜਦੋਂ ਤੁਸੀਂ ਸਵੇਰੇ ਉੱਠਣਾ ਹੈ ਉਠਣਸਾਰ ਤੁਸੀਂ ਕੀ ਕਰਨਾ ਹੈਗਾ ਜਦੋਂ ਤੁਸੀਂ ਸੋਭਾ ਉਠੋਗੇ ਨਾ ਉਠਣਸਾਰ ਤੁਸੀਂ ਇਹ ਦੇਖਣਾ ਵੀ ਮੇਰੇ ਆਹ ਹੱਥ ਨੇ ਇਹ ਮੇਰੇ ਕਾਮਜਾਬ ਨੇ ਸਹੀ ਸਲਾਮਤ ਚੱਲੀ ਜਾਂਦੇ ਆ ਅਗਰ ਇਹ ਤੁਹਾਡੇ ਸਹੀ ਸਲਾਮਤ ਹੈ ਤਾਂ ਤੁਸੀਂ ਅੱਜ ਜ਼ਿੰਦਗੀ ਦੇ ਆਪਦੀ ਦੇ ਰਾਜੀ ਹੋ ਫਿਰ ਤੁਸੀਂ ਦੇਖਣਾ ਬਾਹਰ ਨਿਕਲ ਕੇ ਵੀ ਮੇਰੀਆਂ ਅੱਖਾਂ ਵਧੀਆ ਕੰਮ ਕਰੀ ਜਾਂਦੀਆਂ ਸਾਰਾ ਕੁਝ ਮੈਨੂੰ ਵਧੀਆ ਦਿਖੀ ਜਾਂਦਾ ਹੈਗਾ ਜੇ ਤੁਹਾਨੂੰ ਸਾਰਾ ਕੁਝ ਵਧੀਆ ਜ਼ਿੰਦਗੀ ਦੇ ਨਜ਼ਾਰੇ ਇੱਧਰ ਉੱਧਰ तितਲੀਆਂ ਉੜਦੀਆਂ ਤੁਹਾਨੂੰ ਦਿਖਦੀਆਂ ਨੇ ਤੁਹਾਨੂੰ ਜਾਨਵਰ ਉੜਦੇ ਦਿਖਦੇ ਆ ਤਾਂ ਇਹਦਾ ਮਤਲਬ ਤੁਸੀਂ ਆਪਦੀ ਜ਼ਿੰਦਗੀ ਦੇ ਰਾਜੇ ਹੋ ਤੁਹਾਡੇ ਪੈਰ ਚੱਲਦੇ ਆ ਤੁਸੀਂ ਪਹੁੰਚ ਗਏ ਬਾਹਰ ਤੱਕ ਗਲੀ ਤੱਕ ਪਹੁੰਚ ਗਏ ਤੁਹਾਨੂੰ ਪਤਾ ਵੀ ਮੇਰੇ ਦੋਨੇ ਪੈਰ ਚੱਲੀ ਜਾਂਦੇ ਨੇ ਤਾਂ ਤੁਸੀਂ ਸਮਝ ਲਓ ਵੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਖੁਸ਼ ਆ ਮੇਰੇ ਪੈਰ ਚੱਲੀ ਜਾਂਦੇ ਮੈਂ ਕਿਤੇ ਵੀ ਪਹੁੰਚ ਸਕਦਾ ਨਾ ਪੈਰਾਂ ਨਾਲ ਫੇਰ ਤੁਸੀਂ ਦੇਖੋ ਵੀ ਮੈਂ ਮੈਨੂੰ ਭੁੱਖ ਲੱਗਦੀ ਹੈ ਤਾਂ ਇਹਦਾ ਮਤਲਬ ਮੇਰਾ ਪੇਟ ਵੀ ਸਹੀ ਹੈ ਮੈਂ ਮੈਨੂੰ ਭੁੱਖ ਲੱਗੀ ਹੈ ਮੈਂ ਅੰਦਰੋਂ ਠੀਕ ਹੈ ਤੁਸੀਂ 10 ਦਿਨ ਇਹ ਜ਼ਰੂਰ ਸੋਚਣਾ ਵੀ ਮੇਰੇ ਕੋਲ ਇਹ ਸਭ ਕੁਝ ਹੈਗਾ ਕਈਆਂ ਕੋਲ ਇਹ ਵੀ ਹੈ ਨਹੀਂਗਾ ਕਈਆਂ ਦੀ ਅੱਜ ਜ਼ਿੰਦਗੀ ਸਮਾਪਤ ਹੋ ਗਈ ਕਈਆਂ ਦੀ ਅੱਜ ਨਿਗਾ ਚਲੀ ਗਈ ਕਈਆਂ ਦੇ ਅੱਜ ਹੱਥ ਵੱਡੇ ਗਏ ਕਿਸੇ ਦੇ ਪੈਰ ਵੱਡੇ ਗਏ ਕਿਸੇ ਦੇ ਕੁਝ ਹੋ ਗਿਆ ਕਿਸੇ ਦੇ ਅੱਜ ਦੇ ਦਿਨ ਜਿਹੜੀ ਅੱਜ ਦੀ ਰਾਤ ਨਿਕਲੀ ਹੈ ਉਹਦੇ ਵਿੱਚ ਕਈਆਂ ਨੂੰ ਇੰਨਾ ਨੁਕਸਾਨ ਹੋ ਗਿਆ ਤਾਂ ਮੇਰੇ ਕੋਲੇ ਤਾਂ ਸਭ ਕੁਝ ਹੈ ਤੇ ਇਹਦਾ ਮਤਲਬ ਮੈਂ ਆਪਦੀ ਜ਼ਿੰਦਗੀ ਦਾ ਵਧੀਆ ਰਾਜਾ ਹਾਂ। ਦੂਜਿਆਂ ਨੂੰ ਦੇਖ ਕੇ ਆਪਦੀ ਜ਼ਿੰਦਗੀ ਦੀਆਂ ਖੁਸ਼ੀਆਂ ਨਾਲ ਗਵਾਓ ਤੁਸੀਂ। ਆਪਾਂ ਨਰਾਸ਼ ਕਦੋਂ ਹੁੰਨੇ ਆ ਜਦੋਂ ਆਪਾਂ ਦੂਜਿਆਂ ਨੂੰ ਦੇਖਦੇ ਆ। ਤੁਸੀਂ ਆਪਦੇ ਕੰਨੀ ਨਿਗਾਹ ਮਾਰਿਆ ਕਰੋ। ਕਈ ਕੀ ਹੁੰਦਾ ਮੇਰੀਆਂ ਭੈਣਾਂ ਦੀ ਵੀ ਆਤ ਹੁੰਦੀ ਹੈ, ਮੇਰੇ ਵੀਰਾਂ ਦੀ ਵੀ ਆਤ ਹੁੰਦੀ ਹੈ, ਹੁੰਦੀ ਹੈ ਜੀ ਸਭ ਦੀ ਹੁੰਦੀ ਹੈ ਵੀ ਆਪਾਂ ਦੂਜੇ ਨੂੰ ਹਰੇਕ ਨੂੰ ਨਹੀਂ ਮੈਂ ਕਹਿੰਦੀ ਵੀ ਆਪਾਂ ਦੂਜੇ ਨੂੰ ਦੇਖ ਕੇ ਆਪਾਂ ਕਹਿੰਦੇ ਨੇ ਵੀ ਫਲਾਣਾ ਤੂੰ ਕਾਮਯਾਬ ਹੋ ਤੂੰ ਫਲਾਣਾ ਕੰਮ ਕਰ ਲੈ ਤੂੰ ਠੀਕ ਆਪਾਂ ਮਤਾਂ ਦੇ ਕੇ ਉਹਨੇ ਆਪਾਂ ਮਾੜੀ ਗੱਲ ਨਹੀਂ ਕਰਦੇ ਖੈਰ ਮਤਾਂ ਦੇ ਕੇ ਉਹਨੇ ਪਰ ਆਪਾਂ ਮਤਾਂ ਦੇ ਕੇ ਉਹ ਤਾਂ ਮੁੜਿਓ ਨੇ ਅਗਲਾ ਤਾਂ ਕਾਮਯਾਬ ਹੋ ਜਾਣਾ ਆਪਾਂ ਮਤਾਂ ਜੋ ਦੇਣ ਜੋਗ ਰਹੀ ਰਹ ਜੰਨੇ ਆ ਮੈਂ ਤੁਹਾਨੂੰ ਇਹ ਕਹਿਣੀ ਆ ਵੀ ਤੁਸੀਂ ਆਪਦੀ ਕਾਮਯਾਬੀ ਵੱਲ ਦੇਖੋ ਆਪਦੇ ਕੰਮ ਵੱਲ ਦੇਖੋ ਦੂਜੇ 'ਚ ਨਾ ਹੁਣ ਹੁੰਦੀ ਆ ਕਈ ਵਾਰੀ ਮਤਲਬ ਭੈਣਾ ਦੀ ਵੀ ਆਤ ਮੇਰੀਆਂ ਦੀ ਹੁੰਦੀ ਆ ਵੀ ਲੈ ਉਹਨੇ ਫਲਾਣੀ ਨੇ ਤਾਂ ਹਜੇ ਸਬਜ਼ੀ ਨੂੰ ਤੜਕਾ ਨਹੀਂ ਲਾਇਆ ਹਜੇ ਉਹਨੇ ਰੋਟੀਆਂ ਨਹੀਂ ਪਕਾਈਆਂ ਹਜੇ ਉਹਨੇ ਬਾਰ ਤੋਂ ਝਾੜੂ ਨਹੀਂ ਕੱਢਿਆ ਮੈਂ ਤਾਂ ਐਂ ਕਰਤਾ ਆਪਾਂ ਕਿਸੇ ਤੋਂ ਕੀ ਲੈਣਾ ਹੈ ਕੋਈ ਝਾੜੂ ਕੱਢੇ ਕੋਈ ਆਪਦੇ ਬਾਰ ਚ ਰੂੜੀ ਲਾ ਲੇ ਕੋਈ ਆਪਦੀਆਂ ਰੋਟੀਆਂ 12 ਵਜੇ ਪਕਾ ਲੇ ਕੋਈ ਆਪਦੀਆਂ ਰੋਟੀਆਂ 10 ਵਜੇ ਪਕਾ ਲੇ ਆਪਾਂ ਕਿਸੇ ਦੇ ਪਰਮਾਥਾ ਤੋਂ ਕੀ ਲੈਣਾ ਆਪਾਂ ਤਾਂ ਸਿਰਫ ਇਹ ਦੇਖੋ ਵੀ ਮੇਰੀ ਰੋਟੀ ਵੇਲੇ ਨਾ ਪੱਕ ਗਈ ਮੈਂ ਆਪਦੇ ਬੱਚੇ ਰ ਜਾ ਤੇ ਮੈਂ ਆਪਦਾ ਕੱਪੜਾ ਲੀੜਾ ਧੋ ਲਿਆ ਆਪਾਂ ਕਿਸੇ ਤੋਂ ਕੀ ਲੈਣਾ ਭਾਵੇਂ ਕੋਈ ਮੈਲ ਦੇ ਭਰੇ ਪਾਈ ਜਾਵੇ ਤੇ ਭਾਵੇਂ ਕੋਈ ਬਾਰ ਚ ਰੂੜੀਆਂ ਲਾਈ ਜਾਵੇ ਤੇ ਭਾਵੇਂ ਕੋਈ ਰੋਟੀਆਂ ਪਕਾ ਲੇ ਤੇ ਭਾਵੇਂ ਨਾ ਪਕਾਵੇ ਭਾਵੇਂ ਭੁੱਖਾ ਸਮਝੇ ਉਹਦਾ ਢਿੱਡ ਹੈ ਜੀ ਜਦੋਂ ਭੁੱਖ ਲੱਗੂ ਅਗਲਾ ਲਾ ਲੂਗਾ ਹਨਾ ਟਾਈਮ ਬੇਸਟ ਨਾ ਕਰੋ ਕਿਸੇ ਪਿੱਛੇ ਕਿਸੇ ਦੇ ਪਿੱਛੇ ਟਾਈਮ ਬੇਸਟ ਦੀ ਕਰਨ ਦੀ ਬਜਾਏ ਤੁਸੀਂ ਉਹੀ ਦਿਮਾਗ ਆਪਦੇ ਕੰਮ ਤੇ ਲਾਓ ਸੋਚਣ ਤੇ ਲਾਓ ਵੀ ਆਪਾਂ ਕਿਵੇਂ ਜ਼ਿੰਦਗੀ ਨੂੰ ਅੱਗੇ ਕਾਮਯਾਬ ਕਰਨਾ ਆਪਾਂ ਬੱਚਿਆਂ ਨੂੰ ਅੱਗੇ ਕਿਵੇਂ ਕਾਮਯਾਬ ਕਰਨਾ ਆਪਾਂ ਕੀ ਬਣਨਾ ਹੈ ਜਾਂ ਆਪਾਂ ਕਿਤੇ ਜਾਣਾ ਹੈਗਾ ਤੇ ਕਿਵੇਂ ਜਾਣਾ ਹੈ ਤੇ ਜਿਹੜੇ 50+ ਨੇ ਮੇਰੇ ਭੈਣ ਮੇਰੇ ਵੀਰ ਕਿਉਂਕਿ ਮੈਂ ਵੀ 50+ ਆ ਜਿਹੜੇ ਮੇਰੇ ਆਣਦੇ ਨੇ 50+ ਨੇ ਜਿਹੜੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗੀ ਵੀ ਭਾਈ ਪੈਸਾ ਜੋੜਨ ਦੀ ਬਜਾਓ ਥੋੜਾ ਜੋ ਕੋਈ ਜੀ ਕਰਦਾ ਨਾ ਉਹ ਚੀਜ਼ ਲੈ ਕੇ ਤੁਸੀਂ ਖਾ ਲਿਆ ਕਰੋ ਥੋੜਾ ਜਿਹੜਾ ਚੀਜ਼ ਪੈਨ ਨੂੰ ਜੀ ਕਰਦਾ ਤੁਸੀਂ ਪਹਿਨ ਲਿਆ ਕਰੋ ਕਿਉਂਕਿ ਇਦੋਂ ਬਾਅਦ ਤਾਂ ਫਿਰ ਉਹ ਅੱਗਾ ਨੇੜੇ ਆਉਂਦਾ ਹੈ ਹਨਾ ਬਾਅਦ ਵਿੱਚ ਆਪਾਂ ਕਹਿੰਦੇ ਵੀ ਲੈ ਮੈਂ ਤਾਂ ਜੋੜਿਆ ਜੋੜਿਆ ਹੀ ਹੈ ਜੀ ਹੁਣ ਤੱਕ ਮੈਂ ਤਾਂ ਕੁਝ ਦੇਖਿਆ ਨਹੀਂ ਮੈਂ ਕਹਿੰਨੀ ਆ ਵੀ ਤੁਸੀਂ ਆਪਦੀ ਖੁਸ਼ੀ ਦੇਖੋ ਖੁਸ਼ੀ ਦੇਖੋ ਤੁਹਾਨੂੰ ਵੀ ਤੁਹਾਨੂੰ ਕਿੱਥੇ ਮਿਲਦੀ ਹੈ ਤੁਹਾਨੂੰ ਬਾਹਰ ਪਾਰਕਾਂ ਚ ਮਿਲਦੀ ਹੈ ਬੁੱਕਾਂ ਪੜਨ ਤੇ ਮਿਲਦੀ ਹੈ ਟੀਵੀ ਦੇਖਣ ਤੇ ਮਿਲਦੀ ਹੈ ਸੀਰੀਅਲ ਦੇਖਣ ਤੇ ਮਿਲਦੀ ਹੈ ਕੁਝ ਖਾਣ ਤੇ ਮਿਲਦੀ ਹੈ ਕਈ ਕੀ ਹੁੰਦਾ ਨਾ ਹੁਣ ਆਪਣੇ ਕਹਿ ਦਿੰਦੇ ਨੇ ਵੀ ਮੇਰੇ ਕੋਲੇ ਜੇ 50000 ਰੁਪਇਆ ਹੋਊਗਾ ਤਾਂ ਮੈਂ ਫੇਰ ਘੁੰਮ ਕੇ ਆਉਂਗਾ ਇਹ ਨਾ ਦੇਖੋ ਕਿਉਂਕਿ 50000 ਇਕੱਠਾ ਹੁੰਦਾ ਨਹੀਂ ਤੇ ਆਪਣੇ ਤੋਂ ਜਾਇਆ ਨਹੀਂ ਜਾਂਦਾ ਪੈਸੇ ਦਾ ਕੀ ਹੈਗਾ ਜੀ ਪੈਸੇ ਤਾਂ ਜੇ ਆਪਾਂ ਲਾਵਾਂਗੇ ਨਾ ਤਾਂ ਫੇਰ ਹੀ ਪੈਸੇ ਆਉਂਦੇ ਨੇ ਜੇ ਆਪਾਂ ਇਹਨਾਂ ਨੂੰ ਲਾਵਾਂਗੇ ਨਾ ਤਾਂ ਫਿਰ ਆਉਂਦੇ ਵੀ ਨਹੀਂ ਕਿਉਂਕਿ ਪਏ ਹੁੰਦੇ ਆ ਫਿਰ ਉਹ ਆਪਾਂ ਨੂੰ ਅਕਸਰ ਜੋਦੇ ਚ ਕੋਈ ਚੀਜ਼ ਆਪਾਂ ਵਰਤਾਂਗੇ ਤਾਂ ਫਿਰ ਹੀ ਦੁਬਾਰਾ ਭਰਿਆ ਜਾਊਗਾ ਭਾਂਡਾ ਕੋਈ ਵੀ ਹੈ ਸੋਚੋ ਨਾ ਜ਼ਿਆਦਾ ਸੋਚਣਾ ਸੋਚ ਲਿਆ ਪਹਿਲਾਂ ਜਿਹੜਾ ਸੋਚਣਾ ਸੀ ਜੋ ਕੁਝ ਬਣਨਾ ਸੀ ਆਪਣਾ ਬਣ ਗਿਆ ਆਪਾਂ ਹੁਣ 50 ਤੋਂ ਉੱਪਰ ਹੋ ਗਏ ਹੁਣ ਥੋੜਾ ਜਿਆਦਾ ਤੁਸੀਂ ਆਪ ਦੇ ਆਪ 'ਚ ਧਿਆਨ ਦਿਓ ਤੇ ਮੇਰੇ ਬੱਚਿਆਂ ਨੂੰ ਵੀ ਮੈਂ ਇਹ ਕਹਿੰਦੀ ਆ ਵੀ ਭਾਈ ਡਿਪਰੈਸ਼ਨ ਦੇ ਵਿੱਚੋਂ ਨਿਕਲੋ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਹੈ ਉਸੀ 10 ਦਿਨ ਜ਼ਰੂਰ ਇਹਨੂੰ ਕਰਨਾ ਹੈਗਾ ਉਠਣਸਾਰ ਇਹਨੂੰ ਜ਼ਰੂਰ ਕਰਨਾ ਹੈ ਇਹ ਇੱਕ ਤਰ੍ਹਾਂ ਦਾ ਮੂਲ ਮੰਤਰ ਹੈ ਜੀ 10ਵੇਂ ਦਿਨੋਂ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਨਿਕਲ ਜਾਓਗੇ ਕਿਉਂਕਿ ਬਹੁਤ ਪੇਸ਼ੈਂਟ ਮੇਰੇ ਕੋਲੇ ਇਦਾਂ ਦੇ ਆਏ ਨੇ ਉਹਨਾਂ ਨੂੰ ਮੈਂ ਸਮਝਾਇਆ ਬਹੁਤਿਆਂ ਨੂੰ ਮੈਂ ਦੱਸਿਆ ਹੈਗਾ ਉਹ ਬਹੁਤ ਇਹੋ ਜਿਹੇ ਮਤਲਬ ਮਰੀਜ਼ ਆਏ ਆ ਮੇਰੇ ਕੋਲੇ ਜਿਹੜੇ ਇਸ ਗੱਲ 'ਚ ਡਿਪਰੈਸ਼ਨ 'ਚੋਂ ਨਿਕਲੇ ਹੋਏ ਨੇ ਬਹੁਤ ਮੈਂ ਸਮਝਾਇਆ ਉਹਨਾਂ ਨੂੰ ਕਿਸੇ ਦੀ ਟੈਨਸ਼ਨ ਨਾ ਲਓ ਸਿਰਫ ਆਪਦੀ ਆਪਦੀ ਟੈਨਸ਼ਨ ਲਓ ਖੁਸ਼ ਰਹੋ ਮਾਸਤ ਰਹੋ ਹੱਸਦੇ ਰਹੋ ਕਿਉਂਕਿ ਜਿਹੜੇ ਮਤਲਬ ਕਿ ਮੂੰਹ ਦੇ ਕੋਨੇ ਹੁੰਦੇ ਆ ਨਾ ਇਹ ਬੰਦੇ ਦਾ ਦੱਸ ਦਿੰਦੇ ਨੇ ਵੀ ਬੰਦਾ ਖੁਸ਼ ਹੈ કે ਇਹ ਨਾਰਾਜ ਹੈ ਇਹਨਾਂ ਕੋਨਿਆਂ ਨੂੰ ਤੁਸੀਂ ਵਧੀਆ ਬਣਾ ਕੇ ਰੱਖਿਆ ਕਰੋ ਅਗਰ ਇਹ ਵਧੀਆ ਰਹਿਣਗੇ ਤਾਂ ਤੁਸੀਂ ਵੀ ਵਧੀਆ ਰਹੋਗੇ ਮਾਸਤ ਰਹੋਗੇ ਖੁਸ਼ ਰਹੋਗੇ ਹਨਾ ਹੱਸਦੇ ਰਹੋਗੇ ਹਰੇਕ ਸਲਾਮ ਕਰਦਾ ਜਦੋਂ ਆਪਾਂ ਰੋਣ ਲੱਗ ਜੰਨੇ ਆ ਨਾ ਕੋਈ ਬਰੌਂਦਾ ਨਹੀਂਗਾ ਮੈਨੂੰ ਪਤਾ ਹੈ ਇਸ ਚੀਜ਼ ਦਾ ਮੈਂ ਤਾਂ ਤੁਹਾਨੂੰ ਕਹਿਣੀ ਆ ਵੀ ਡਿਪਰੈਸ਼ਨ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨਾ ਬਰਬਾਦ ਕਰੋ ਜੋ ਜਿਹੋ ਜੀ ਵੀ ਹੈਗੀ ਉਹਨੂੰ ਹੱਸ ਕੇ ਕੱਢੋ ਅਗਰ ਆਪਣੇ ਘਰੇ ਕਣਕ ਦੀ ਬੋਰੀ ਆ ਤੇ ਚਾਰ ਦਾ ਪੀਪਾ ਪਿਆ ਨਾ ਤਾਂ ਆਪਾਂ ਧਨવાન ਆ ਉਹਨੂੰ ਇਹ ਨਾ ਸੋਚੋ ਵੀ ਮੈਂ ਗਰੀਬ ਆ ਕੁਛ ਨਹੀਂਗਾ ਨਾ ਤਾਂ ਮੈਨੂੰ ਕੋਈ ਪੈਸੇ ਵਾਲਿਆਂ ਦਾ ਐ ਲੱਗੀ ਜਾਂਦਾ ਵੀ ਉਹ ਸਿਉਨੇ ਨੂੰ ਬੁਰਕੀਆਂ ਵੱਢੀ ਜਾਂਦੇ ਆ ਖਾਂਦੇ ਤਾਂ ਉਹ ਵੀ ਦਾਲ ਰੋਟੀ ਐ ਤੇ ਖਾਂਦੇ ਆਪਾਂ ਵੀ ਦਾਲ ਰੋਟੀ ਆ ਆਪਾਂ ਦਾਲ ਰੋਟੀ ਖਾ ਲੈਣੇ ਚਟਨੀ ਖਾ ਲੈਣੇ ਉਹ ਨਾਲ ਇੱਕ ਅੱਧਾ ਕੋਈ ਮਾੜਾ ਮੋਟਾ ਕੁਝ ਹੋਰ ਲੱਟਰਪਟਰ ਰੱਖ ਲੈਂਦੇ ਹੋਣਗੇ ਕੋਲੇ ਬਸ ਇੰਨਾ ਕੀ ਹੁੰਦਾ ਹੋਰ ਕੀ ਹੁੰਦਾ ਇਹ ਕੋਈ ਖਾਸ ਲੰਮੀ ਚੌੜੀ ਗੱਲ ਨਹੀਂ ਹੁੰਦੀ ਪ੍ਰੋਟੀਨ ਦਾਲ ਚ ਵੀ ਐ ਤੇ ਪ੍ਰੋਟੀਨ ਪਨੀਰ ਚ ਵੀ ਆ ਭਾਵੇਂ ਦਾਲ ਖਾਲਾ ਪਨੀਰ ਖਾਲਾ ਦਾਲ ਤਾਂ ਮਹਿੰਗੀ ਬਣਦੀ ਐ ਤੇ ਤੁਸੀਂ ਟੈਨਸ਼ਨਾਂ ਲੈਣੀਆਂ ਛੱਡੋ ਤੇ ਮੈਨੂੰ ਪਤਾ ਐ ਵੀ ਮੇਰੇ ਵੀਰ ਮੇਰੀਆਂ ਭੈਣਾਂ ਮੇਰੇ ਬੱਚੇ ਇਹ ਗੱਲ ਨੂੰ ਜ਼ਰੂਰ ਸੁਣਨਗੇ ਤੇ ਉਹਨਾਂ ਨੂੰ ਚੰਗੀ ਵੀ ਲੱਗੀ ਹੋਊਗੀ ਅਗਰ ਤੁਹਾਨੂੰ ਚੰਗੀ ਲੱਗੀ ਤਾ ਮੈਂ ਤੁਹਾਨੂੰ ਇਹੀ ਗੱਲ ਕਹਿਣੀ ਆ ਵੀ ਤੁਸੀਂ ਇਹਨੂੰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜਿਆਦਾ ਤੋਂ ਜਿਆਦਾ ਮੈਂ ਇਹ ਨਹੀਂ ਤੁਹਾਡੀ ਮਿੰਤਾ ਕੱਢਦੀ ਵੀ ਤੁਸੀਂ ਸ਼ੇਅਰ ਕਿਉਂ ਨਹੀਂ ਕਰਦੇ ਕਿਵੇਂ ਪਰ ਮੈਂ ਕਹਿੰਦੀ ਵੀ ਅਗਰ ਤੁਹਾਡਾ ਸ਼ੇਅਰ ਆ ਨਾ ਇੱਕ ਜਿਹੜਾ ਉਹ ਪਤਾ ਨਹੀਂ ਕਿੰਨਿਆਂ ਕਦੀ ਜ਼ਿੰਦਗੀ ਨੂੰ ਜਾ ਕੇ ਖੁਸ਼ਹਾਲ ਕਰ ਦੂਗਾ ਪਤਾ ਨਹੀਂ ਕਿੰਨਿਆਂ ਕਦੀ ਜ਼ਿੰਦਗੀ ਨੂੰ ਜਾ ਕੇ ਉਹਨੇ ਸਵਾਰ ਦੇਣਾ ਹੈਗਾ ਮੈਂ ਤੁਹਾਡੇ ਕੋਲੇ ਵੀਡੀਓ ਭੇਜਤੀ ਜਿੰਨੇ ਕ ਮੇਰੇ ਤੁਸੀਂ ਫੋਲੋਅਰ ਹੈਗੇ ਆ ਭੇਜਤੀ ਅੱਗੇ ਤੁਸੀਂ ਭੇਜੋਗੇ ਤੁਹਾਡੇ ਫੋਲੋਅਰ ਕੋਲੇ ਪਤਾ ਹੀ ਨਹੀਂ ਕੀ ਕੀ ਦੀ ਜ਼ਿੰਦਗੀ ਸੰਭਰ ਜਾਣੀ ਹੈਗੀ ਇਹਦੇ ਨਾਲ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਅਗਰ ਚੰਗੀਆਂ ਲੱਗੀਆਂ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਮਿਲਦੇ ਆ ਫਿਰ ਆਪਾਂ ਕੋਈ ਹੋਰ ਨਵੀਂ ਜੀ ਵੀਡੀਓ ਦੇ ਨਾਲ ਤੇ ਆਹ ਮੂਲ ਮੰਤਰ ਤੁਸੀਂ ਜਰੂਰ ਕਰਦੇ ਰਹੋ ਤੇ ਆਪਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਂਦੇ ਰਹੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ